ਬਰਨੌਲੀ ਕੌਨ ਬਹੁਤ ਹੀ ਮਜ਼ੇਦਾਰ ਤਜਰਬਾ ਹੈ। ਇਸ ਲਈ ਤੁਹਾਨੂੰ ਇੱਕ ਅਖਬਾਰ, ਕਾਰਡਬੋਰਡ ਰੀਲ ਅਤੇ ਥੋੜ੍ਹੀ ਟੇਪ ਚਾਹੀਦੀ ਹੈ। ਇੱਕ ਅਖਬਾਰ ਦੀ A4 ਸਾਈਜ਼ ਸ਼ੀਟ ਨੂੰ ਮੋੜ ਕੇ ਕੋਨ ਵਿੱਚ ਪਾ ਦਿਓ। ਕੋਨ ਦਾ ਸਿਰਾ ਟੇਪ ਲਗਾ ਕੇ ਬੰਦ ਕਰੋ। ਫੈਲੇ ਹੋਏ ਹਿੱਸੇ ਵਿੱਚ ਵਾਧੂ ਕਾਗਜ਼ ਕੱਟ ਕੇ ਰੈਗੂਲਰ ਕੋਨ ਬਣਾਓ। ਹੁਣ ਕੋਨ ਦੇ ਤਿੱਖੇ ਹਿੱਸੇ ਨੂੰ ਕੈਂਚੀ ਨਾਲ ਮੋਰੀ ਕੱਟੋ। ਮੋਰੀ ਇੰਨੀ ਵੱਡੀ ਜ਼ਰੂਰ ਹੋਵੇਗੀ ਹੋਵੇ ਮੋਰੀ ਇੰਨੀ ਵੱਡੀ ਜ਼ਰੂਰ ਹੋਵੇ ਤਾਂ ਧਾਗੇ ਦੀ ਰੀਲ ਉਸ ਵਿੱਚ ਨਿਕਲ ਸਕੇ। ਅਖਬਾਰ ਦੀ ਕੁੱਪੀ ਵਿੱਚ ਰੀਲ ਪਾਓ। ਇੱਕ ਅਪਰੇਟਸ ਚੱਲਣ ਲਈ ਤਿਆਰ ਹੈ। ਜਦੋਂ ਤੁਸੀਂ ਰੀਲ ਦੇ ਵਿੱਚ ਹਵਾ ਦੇਵੋਗੇ, ਹਵਾ ਬਹੁਤ ਤੇਜ਼ੀ ਨਾਲ ਆਵੇਗੀ ਅਤੇ ਅਖਬਾਰ ਦੀਆਂ ਦੋ ਤਹਿਾਂ ਇੱਕ ਦੂਜੇ ਵਿੱਚ ਵੱਜਣਗੀਆਂ। ਇਹ ਬਰਨੌਲੀ ਥਿਓਰਮ ਕਰਕੇ ਹੈ, ਜੋ ਦਿਸਦਾ ਹੈ ਕਿ ਤੇਜ਼ ਵੈਲੋਸਿਟੀ ਵਾਲੀ ਘੱਟ ਦਬਾਵ ਪ੍ਰੈਸ਼ਰ ਜ਼ੋਨ ਬਣਦਾ ਹੈ, ਜਿਹੜਾ ਕੋਨ ਨੂੰ ਉੜਾ ਦੇਵੇਗਾ ਇਹ ਬਹੁਤ ਵਧੀਆ ਲੱਗਦਾ ਹੈ।